ਮੈਂ ਸਰਕਾਰ ਨੂੰ ਬੇਨਤੀ ਕਰਦਾ, ਸਰਕਾਰ ਜੀ ਤੁਹਾਡੇ ਲਈ ਇਹ ਕੋਈ ਪ੍ਰੋਜੈਕਟ ਬਹੁਤ ਵੱਡਾ ਨਹੀਂ ਹੈ। ਕਿਰਪਾ ਕਰਕੇ ਇਹ 643ਵਾਂ ਆਗਮਨ ਪਾਤਸ਼ਾਹ ਦਾ ਆ ਰਿਹਾ ਹੈ, ਇਹ ਸੰਗਤਾਂ ਦੀ ਝੋਲੀ ਵਿੱਚ ਇਹ ਤੋਹਫ਼ਾ ਪਾ ਦਿਓ ਕਿ ਲਓ ਅਸੀਂ ਖੁਰਾਲਗੜ੍ਹ ਦੀ ਧਰਤੀ 'ਤੇ ਮਨਾਰੇ ਬੇਗਮਪੁਰਾ ਦਾ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਕਰਕੇ ਸੰਗਤਾਂ ਲਈ ਖੋਲ੍ਹ ਦਿੱਤਾ। ਆਰਥਿਕ ਤੰਗੀ ਨਾਲ ਜੂਝ ਰਹੀ ਸੂਬੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਦੇ ਸ਼ੁਰੂ ਹੋਏ ਵੱਡੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਵਿੱਚ ਨਾਕਾਮਯਾਬ ਸਾਬਿਤ ਹੋ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਵੀ ਸਰਕਾਰ ਨੂੰ ਲਗਾਤਾਰ ਨਿਸ਼ਾਨੇ 'ਤੇ ਲੈਂਦੇ ਆ ਰਹੇ ਨੇ। ਅਜਿਹਾ ਹੀ ਮਾਮਲਾ ਹੈ ਗੁਰੂ ਰਵਿਦਾਸ ਜੀ ਦੀ ਯਾਦਗਾਰੀ ਮੀਨਾਰੇ ਬੇਗਮਪੁਰਾ ਦੀ ਉਸਾਰੀ ਦਾ। ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਸ੍ਰੀ ਖੁਰਾਲਗੜ੍ਹ ਸਾਹਿਬ, ਜਿੱਥੇ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਰਵਿਦਾਸ ਯਾਦਗਾਰ ਮੀਨਾਰੇ ਬੇਗਮਪੁਰਾ ਅੱਧ ਵਿਚਕਾਰ ਲਟਕਦੀ ਨਜ਼ਰ ਆ ਰਹੀ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ 3 ਅਪ੍ਰੈਲ ਸੰਨ 2016 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ 110 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸ੍ਰੀ ਗੁਰੂ ਰਵਿਦਾਸ ਯਾਦਗਾਰ ਮੀਨਾਰੇ ਬੇਗਮਪੁਰਾ ਦੀ ਉਸਾਰੀ ਦਾ ਨੀਂਹ ਪੱਥਰ ਰਾਜ ਪੱਧਰੀ ਸਮਾਗਮ ਦੌਰਾਨ ਰੱਖਿਆ ਗਿਆ ਸੀ। ਇਸ ਯਾਦਗਾਰ ਦੀ ਉਸਾਰੀ ਦਾ ਕੰਮ ਇੱਕ ਪ੍ਰਾਈਵੇਟ ਕੰਪਨੀ ਨੂੰ 86 ਕਰੋੜ ਵਿੱਚ ਅਲੋਟ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ 10 ਜੂਨ 2016 ਵਿੱਚ ਯਾਦਗਾਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਸੀ, ਜੋ ਟੈਂਡਰ ਦੇ ਨਿਯਮਾਂ ਮੁਤਾਬਕ ਸਤੰਬਰ 2017 ਵਿੱਚ ਮੁਕੰਮਲ ਕਰਨਾ ਸੀ। ਪਰ ਸੂਬੇ ਵਿੱਚ ਸਰਕਾਰ ਬਦਲਦਿਆਂ ਹੀ ਫੰਡਾਂ ਦੀ ਘਾਟ ਕਾਰਨ ਉਸਾਰੀ ਦਾ ਕੰਮ ਅੱਧ ਵਿਚਕਾਰ ਹੀ ਲਟਕ ਗਿਆ। ਮੀਨਾਰੇ ਬੇਗਮਪੁਰਾ ਖੁਰਾਲਗੜ੍ਹ ਵਿੱਚ ਅਸੀਂ ਕੰਮ ਕਰ ਰਹੇ ਹਾਂ। ASC ਬਿਲਡਰ ਪ੍ਰਾਈਵੇਟ ਲਿਮਿਟਡ ਜੋ ਕਿ ਅਜੂਬਾ ਬਣ ਰਿਹਾ, ਇੱਥੇ ਕੰਮ ਚਾਲੂ ਕੀਤਾ ਸੀ ਅਸੀਂ 10/6/2016 ਤੋਂ, ਜਿਹੜਾ ਕੰਪਲੀਟ ਹੋਣਾ ਸੀ ਉਹ 10/9/2017 'ਚ ਹੋਣਾ ਸੀ। ਪੇਮੈਂਟ ਦੀ ਵਜ੍ਹਾ ਦੇ ਨਾਲ ਜਿਹੜਾ ਕੰਮ ਪਹਿਲਾਂ ਹੋਇਆ 50% ਦੇ ਕਰੀਬ ਕੰਮ ਹੋ ਗਿਆ। ਜਿਹੜੀ ਅਸੀਂ ਇਹ ਪੇਮੈਂਟ ਲਈ ਹੈ, ਇਹ ਸਾਨੂੰ ਪੇਮੈਂਟ ਰੁਕ ਗਈ ਸੀ, 20 ਕਰੋੜ ਰੁਪਈਆ ਕਰੀਬ ਅਸੀਂ ਕੋਰਟ ਤੋਂ ਦੇ ਥਰੂ ਲਈ ਹੈ। ਹੁਣ ਸਰਕਾਰ ਅੱਗੇ ਸਾਡੀ ਬੇਨਤੀ ਹੈ ਵੀ ਕੰਮ ਜਿਹੜਾ ਸਪੀਡ ਨਾਲ ਕਰਵਾਇਆ ਜਾਵੇ, ਪੇਮੈਂਟ ਸਾਨੂੰ ਦਿੱਤੀ ਜਾਵੇ, ਅਸੀਂ ਕੰਮ ਪੂਰਾ ਸਿਰੇ ਲਾ ਸਕੀਏ। ਬਸ ਇਹੀ ਸਾਡਾ ਕੰਮ। ਕਿੰਨਾ ਹੋ ਗਿਆ ਜੀ ਹੁਣ ਤੱਕ? ਕੰਮ ਸਰ 50% ਦੇ ਕਰੀਬ ਹੋ ਗਿਆ, 52 ਕਰੋੜ ਦੇ ਕਰੀਬ ਹੋ ਗਿਆ, ਕਰੀਬ 40 ਕਰੋੜ ਦੇ ਕਰੀਬ ਰਹਿ ਗਿਆ। ਠੀਕ ਹੈ ਜੀ। ਪੇਮੈਂਟ ਤੁਹਾਨੂੰ ਟੋਟਲ ਕਿੰਨੀ ਆ ਚੁੱਕੀ ਹੁਣ ਤੱਕ? ਪੇਮੈਂਟ ਸਾਨੂੰ ਟੋਟਲ 52 ਲੱਖ ਕਰੋੜ ਦੇ ਕਰੀਬ ਆ ਚੁੱਕੀ ਹੈ। ਅੱਛਾ, ਬਕਾਇਆ ਕਿੰਨਾ ਸੀ? ਬਕਾਇਆ 40 ਕਰੋੜ ਦੇ ਕਰੀਬ ਰਹਿ ਗਿਆ। ਉਹ ਤਾਂ ਫਿਰ ਜਦੋਂ ਕੰਮ ਕੰਪਲੀਟ ਹੋਏਗਾ ਉਦੋਂ ਤੱਕ। ਹਾਂਜੀ, ਪਰ ਹੁਣ ਸਾਨੂੰ ਸਰਕਾਰ ਪੇਮੈਂਟ ਦੇ ਨਹੀਂ ਰਹੀ, ਹੁਣ ਜੇ ਨਾ ਪੇਮੈਂਟ ਦਿੱਤੀ ਸਾਨੂੰ ਕੰਮ ਬੰਦ ਦੁਬਾਰਾ ਕਰਨਾ ਪੈਣਾ, ਕਿਉਂਕਿ ਪੇਮੈਂਟ ਤੋਂ ਬਿਨਾਂ ਗੱਡੀ ਚੱਲਣੀ ਨਹੀਂ ਸਾਡੀ। ਕੰਮ ਪਹਿਲਾਂ ਬੰਦ ਵੀ ਰਿਹਾ ਵਿੱਚ? ਹਾਂਜੀ, 2 ਸਾਲ ਬੰਦ ਰਿਹਾ ਜੀ। ਠੀਕ ਹੈ। ਪੇਮੈਂਟ ਦੇ ਕਾਰਨ ਇਹਦਾ ਕੋਈ ਨੁਕਸਾਨ ਵੀ ਬੰਦ ਹੋਣ ਦਾ? ਨੁਕਸਾਨ ਸਾਨੂੰ ਕਰੋੜਾਂ ਰੁਪਈਏ ਬੈਂਕ ਦੀ ਵਿਆਜ ਪੈ ਗਈ ਜੀ। ਠੀਕ ਹੈ ਜੀ। 20-22 ਕਰੋੜ ਦੇ ਕਰੀਬ ਬਹੁਤ ਲੇਟ ਹੋਇਆ, ਬੈਂਕਾਂ ਦੀ ਸਾਨੂੰ ਵਿਆਜ ਪੈ ਗਈ। ਸਾਨੂੰ ਕਿੰਨੀ ਲਾਗਤ ਦਾ ਟੈਂਡਰ ਸੀ ਇਹ? ਇਹ ਸਰ 86 ਕਰੋੜ 39 ਲੱਖ ਦਾ ਟੈਂਡਰ ਸੀਗਾ। ਠੀਕ ਹੈ ਜੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਬੰਧਿਤ ਬਿਲਡਰ ਕੰਪਨੀ ਵੱਲੋਂ ਮਾਨਯੋਗ ਅਦਾਲਤ ਦੀ ਸ਼ਰਨ ਲੈ ਕੇ ਯਾਦਗਾਰ ਦੇ ਸੰਬੰਧੀ 20 ਕਰੋੜ ਰੁਪਏ ਦੇ ਕਰੀਬ ਪੇਮੈਂਟ ਹਾਸਲ ਵੀ ਕੀਤੀ ਗਈ। ਉੱਥੇ ਹੀ ਲੰਘੇ 2 ਸਾਲਾਂ ਦੌਰਾਨ ਸ੍ਰੀ ਗੁਰੂ ਰਵਿਦਾਸ ਤਪ ਅਸਥਾਨ ਵਿੱਚ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮਾਂ ਦੌਰਾਨ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਵੱਲੋਂ ਸ਼ਿਰਕਤ ਕਰਦਿਆਂ ਯਾਦਗਾਰੀ ਨੂੰ ਨੇਪਰੇ ਚਾੜਨ ਲਈ ਐਲਾਨ ਕੀਤੇ ਗਏ। ਖਜ਼ਾਨਾ ਮੰਤਰੀ ਦੇ ਵੱਲੋਂ ਯਾਦਗਾਰ ਦੀ ਉਸਾਰੀ ਦੇ ਲਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ 2 ਸਾਲ ਪਹਿਲਾਂ ਕੀਤਾ ਗਿਆ ਸੀ, ਪਰ ਬਾਵਜੂਦ ਇਸ ਦੇ ਅਜੇ ਤੱਕ ਵੀ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਸਿਰੇ ਨਹੀਂ ਚੜ ਸਕਿਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਗੜਸ਼ੰਕਰ ਹਲਕੇ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਯਾਦਗਾਰ ਮੀਨਾਰੇ ਬੇਗਮਪੁਰਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆ ਕੇ ਸਟੋਨ ਰੱਖਿਆ ਸੀ, 110 ਕਰੋੜ ਰੁਪਇਆ ਮਨਜ਼ੂਰ ਕੀਤਾ ਸੀ, ਜਿਹਦਾ ਟੈਂਡਰ ਹੋ ਗਿਆ ਅਤੇ 15 ਮਹੀਨੇ ਦੇ ਸਮੇਂ ਦੇ ਵਿੱਚ ਉਹਨੂੰ ਕੰਪਲੀਟ ਕਰਨਾ ਸੀ। 50 ਕਰੋੜ ਦੇ ਲਗਭਗ ਸਾਡੀ ਸਰਕਾਰ ਨੇ ਉਹ ਫੰਡ ਦਿੱਤੇ ਆ, ਜਿਹੜੇ ਫੰਡ ਲੱਗ ਚੁੱਕੇ ਆ। ਔਰ ਉਸ ਤੋਂ ਬਾਅਦ 3 ਸਾਲ ਹੋ ਗਏ ਕਾਂਗਰਸ ਸਰਕਾਰ ਬਣੀ ਨੂੰ, ਇੱਕ ਧੇਲਾ ਵੀ ਜਿਹੜਾ ਆ ਮੀਨਾਰੇ ਬੇਗਮਪੁਰ ਨੂੰ ਹੋਰ ਬਾਕੀ ਰਹਿੰਦਾ ਜਿਹੜਾ ਪ੍ਰੋਜੈਕਟ ਸਿਰੇ ਚਾੜਨ ਵਾਸਤੇ, ਅੱਜ ਤੱਕ ਇੱਕ ਢੇਲਾ ਵੀ ਜਿਹੜਾ ਉਸ ਪ੍ਰੋਜੈਕਟ ਵਾਸਤੇ ਕਾਂਗਰਸ ਸਰਕਾਰ ਨੇ ਨਹੀਂ ਦਿੱਤਾ। ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਦੀ ਤਪ ਸਥਾਨ ਦੇ ਲਾਗੇ ਇੱਕ ਨਗਰ ਦੇ ਵਿੱਚ ਮੀਨਾਰ ਉਸਾਰੀ ਜਾ ਰਹੀ ਹੈ, ਇਹਦਾ ਨਾਮ ਹੈ ਮੀਨਾਰੇ ਬੇਗਮਪੁਰਾ।
ਇਹ ਸਰਕਾਰ ਨੇ ਅੱਜ ਤੋਂ 4-5 ਸਾਲ ਵਰੇ ਪਹਿਲਾਂ ਸ਼ੁਰੂ ਕੀਤਾ ਸੀ ਪ੍ਰੋਜੈਕਟ, ਪਰ ਸੰਗਤਾਂ ਦੀਆਂ ਆਸਾਂ 'ਤੇ ਬੂਰ ਨਹੀਂ ਪਿਆ। ਸੰਗਤਾਂ ਦੇ ਹਿਰਦੇ ਇਸ ਕਰਕੇ ਬਲੁੰਦਰੇ ਗਏ ਕਿ ਸਰਕਾਰਾਂ ਚਾਹਣ ਇਹ ਜਿਹੜੇ 10 ਸਾਲ ਦੇ ਕਾਰਜ ਨੇ ਜਾਂ 5 ਸਾਲ ਦੇ ਕਾਰਜ ਨੇ ਉਹਨਾਂ ਨੂੰ 1 ਵਰੇ ਵਿੱਚ ਬਣਾ ਸਕਦੀ ਹੈ। ਪਰ ਇੱਥੇ ਦੁੱਖ ਹੈ ਕਿ ਸਰਕਾਰਾਂ ਨੇ ਪੰਜਾਬ ਦੀ ਧਰਤੀ 'ਤੇ ਅਲੱਗ ਅਲੱਗ ਯਾਦਗਾਰਾਂ ਬਣਾਈਆਂ ਜਿਹੜੀਆਂ ਦੇ ਬਜਟ ਇਸ ਮਨਾਰੇ ਬੇਗਮਪੁਰਾ ਨਾਲੋਂ ਚੋਖੇ ਵੱਡੇ ਨੇ। ਉਹ ਜਿਹੜੇ ਚੋਖੇ ਵੱਡੇ ਬਜਟ ਵਾਲੇ ਯਾਦਗਾਰਾਂ ਨੇ ਉਹ ਸਰਕਾਰ ਨੇ ਬਹੁਤ ਘੱਟ ਸਮੇਂ ਵਿੱਚ ਬਣਾ ਦਿੱਤੀਆਂ। ਦੁੱਖ ਦੀ ਗੱਲ ਹੈ ਕਿ ਇਹ ਦਲਿਤਾਂ ਨਾਲ ਸੰਬੰਧਿਤ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਯਾਦ ਵਿੱਚ ਉਹ ਸਾਰੀ ਯਾਦਗਾਰ ਜਿਹੜੀ ਹੈ ਇਹਦਾ ਬਜਟ ਵੀ ਛੋਟਾ ਜਿਹਾ ਹੈ। ਪਰ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਸਰਕਾਰ ਇਸ ਨੂੰ ਅਣਗੌਲਿਆ ਕਰ ਰਹੀ ਹੈ। ਸਰਕਾਰਾਂ ਚਾਹਣ ਤਾਂ ਇਹ ਜਿਹੜਾ 2 ਸਾਲ ਦਾ ਕੰਮ ਹੈ 6 ਮਹੀਨੇ 'ਚ ਹੋ ਸਕਦਾ। ਮੈਂ ਸਰਕਾਰ ਨੂੰ ਬੇਨਤੀ ਕਰਦਾ, ਸਰਕਾਰ ਜੀ ਤੁਹਾਡੇ ਲਈ ਇਹ ਕੋਈ ਪ੍ਰੋਜੈਕਟ ਬਹੁਤ ਵੱਡਾ ਨਹੀਂ ਹੈ। ਕਿਰਪਾ ਕਰਕੇ ਇਹ 643ਵਾਂ ਆਗਮਨ ਪਾਤਸ਼ਾਹ ਦਾ ਆ ਰਿਹਾ ਹੈ, ਇਹ ਸੰਗਤਾਂ ਦੀ ਝੋਲੀ ਵਿੱਚ ਇਹ ਤੋਹਫ਼ਾ ਪਾ ਦਿਓ ਕਿ ਲਓ ਅਸੀਂ ਖੁਰਾਲਗੜ੍ਹ ਦੀ ਧਰਤੀ 'ਤੇ ਮਨਾਰੇ ਬੇਗਮਪੁਰਾ ਦਾ ਜਿਹੜਾ ਪ੍ਰੋਜੈਕਟ ਹੈ ਉਹ ਤਿਆਰ ਕਰਕੇ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਹੈ। ਮਨਾਰੇ ਬੇਗਮਪੁਰਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਗੜਸ਼ੰਕਰ ਵਿਖੇ ਜਿਹੜੀ ਇੱਕ ਯਾਦਗਾਰ ਇੱਕ ਬਹੁਤ ਵਧੀਆ ਚੀਜ਼ ਜਿਹੜੀ ਹੈ ਉਹ ਸਾਰੀ ਜਾ ਰਹੀ ਸੀ। ਉਹ ਇਸ ਵੇਲੇ ਕੰਮ ਜਿਹੜਾ ਹੈ ਉਹ ਕਾਫੀ ਜੰਗੀ ਪੱਧਰ 'ਤੇ ਚੱਲ ਰਿਹਾ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੀ ਉਹਦੀ ਬਣਦੀ ਰਕਮ ਹੈ ਉਹ ਜਲਦ ਤੋਂ ਜਲਦ ਜਿਹੜੀ ਹੈਗੀ ਹੈ ਉਹ ਦਿਲਵਾ ਕੇ ਅਤੇ ਜਿਹੜਾ ਕੰਮ ਹੈਗਾ ਜਲਦ ਤੋਂ ਜਲਦ ਜਿਹੜਾ ਹੈਗਾ ਪੂਰਾ ਕਰਵਾਇਆ ਜਾ ਸਕੇ। ਅਜੀਤ ਦੇ ਲਈ ਗੜਸ਼ੰਕਰ ਤੋਂ ਧਾਲੀਵਾਲ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।